ਥੱਕੀ ਆ ਰਹੀ ਤੇ ਪੁੱਛੀਆਂ ਕਾਰ ਮੇਰਾ ਤੱਕਾ ਨਾ ਅਮੀ ਕਿਆ ਖਿਆ ਤੀਮੀਆਂ ਸਿੰਦਿਆਂ ਕਾਰ ਚਾਹ ਬਣਾ ਥਾਂ ਤੇ ਅਮੀ ਬਣਾਉਣ ਲਈ ਪੇਚਾ ਔਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਮਾੜੇ ਭੈਣਾਂ ਤੁਹਾਡੇ ਭਰਾ ਉਮੀਦ ਆ ਸਾਰੇ ਭੈਣ ਭਰਾ ਠੀਕ ਠਾਕ ਹੋ ਸਨ ਅੱਲਾਹ ਤਾਲਾ ਨੇ ਹਿਫਜ਼ ਇਮਾਨ ਹੀ ਚੌਸਾ ਅੱਜ ਭੈਣਾਂ ਦਾ ਭਰਾ ਥੱਕੀ ਤਰੁੱਟੀ ਅਤੇ ਨੋਰਮਲ ਤਰੀਕੇ ਨਾਲ ਟਾਟ ਡਾਈ ਕਿੰਨਾ ਆ ਤਾਂ ਆਪਾਂ ਬਹਿ ਰਹੇ ਹਾਂ ਅਤੇ ਭੈਣਾਂ ਦਾ ਭਰਾ ਥੱਕੀ ਕਿਉਂ ਨਾ ਲਾਈ ਗਏ ਤਰੋੜੇ ਵੀ ਅਤੇ ਅੱਜ ਇੱਧਰ ਰਹਿਣੀ ਆ ਕਣਕ ਵੀ ਅਤੇ ਕੱਲ੍ਹ ਜਿਹੜੀ ਅਸਾਂ ਗਾਣੀ ਸੀ ਮੌਸਮ ਬੜਾ ਖਰਾਬ ਸੀ ਆ ਉਹ ਅਸਾਂ ਸ਼ਾਮੀ ਗਾਈ ਉੜੀ ਅਤੇ ਰਹਿਣਾ ਸੀ ਫਰ ਕਿਸ ਨਾ ਇਹ ਵੀ ਅਸਾਂ ਸੁਬਾਹ ਨਹੀਂ ਗੱਠੀ ਕੀਤੀ ਵੀ ਆ ਨਹੀਂ ਗੱਠੀ ਕੀਤੀ ਆ ਭੈਣਾਂ ਤੋਂ ਰੋਕ ਤਾਂ ਅੱਪਰ ਤੱਕ ਕਿਉਂ ਮੌਸਮ ਹੀ ਖਰਾਬ ਆ ਅਤੇ ਮਾਮਲਾਤ ਤਾਂ ਬੜੇ ਖਰਾਬ ਭੈਣਾਂ ਤੋਂ ਪਰੋ ਅਸਾਂ ਚਲੋ ਇਹ ਮਕਾਈ ਹੋਣਾ ਅਤੇ ਅੱਬਾ ਇਹ ਕਿਆ ਕਰਨੇ ਸੋਪੇ ਉਹ ਲਿਤ ਭੱਜੀ ਗਈ ਸੀ ਨਿਤ ਭੱਜੀ ਗਈ ਸੀ ਓਹੋ ਚਲੋ ਅਮੀ ਥੱਕੀ ਤਾਂ ਨਾ ਗਏ ਨਾ ਥੱਕੀ ਗਈਆਂ ਤਾਂ ਆਣੀ ਤਾਂ ਬਸੀਆਂ ਤੁਹਾਡੇ ਕੋਲ ਨਾ ਨਾ ਠੀਕ ਹੈ ਭੈਣਾਂ ਸਹੀ ਕਰਾ ਸਹੀ ਥੱਕੀ ਮੁਗ ਜ਼ਾ ਤੇ ਭੈਣਾਂ ਭਰਾ ਹੁਣ ਮਸ਼ੀਨ ਲੱਗੀ ਛਣੀ ਹੈ ਠੇਕਾ ਆ ਗਿਆ ਆ ਅਤੇ ਉਹ ਆਖਦੇ ਸਨ ਅਸਾਂ ਇੱਥੇ ਰੋਟੀ ਖਾਈ ਕਿਣੇ ਤਾਂ ਨਾ ਅਸਾਂ ਬਾਜ਼ਾਰੋਂ ਰੋਟੀ ਖਾਧਾ ਤਾਂ ਉਹ ਗਏ ਬਾਜ਼ਾਰ ਰੋਟੀ ਖਾਣੇ ਵਾਸਤੇ ਅਤੇ ਅਸਾਂ ਬਹਿ ਗਈਆਂ ਚਲੋ ਥੱਕੀ ਆ ਰਹੀ ਤਾਂ ਇਹ ਥੱਕੀ ਕਿਉਂ ਤਰੋੜੇ ਵਗੈਰਾ ਵਿੱਚ ਹੀ ਆਉਂਦੇ ਅਤੇ ਨਾਲ ਹੀ ਸਵੇਲੇ ਨਾਲ ਭੈਣਾਂ ਭਰਾ ਰੈਸਟ ਕੋਈ ਨਹੀਂ ਕੀਤੀ ਆ ਇੱਥੇ ਹੀ ਰਹੀਆਂ ਸਾਰੀ ਦਿਆਰ ਬਾੜੀ ਵਿੱਚ ਅਜਾ ਇਹ ਥੱਕੀ ਕਿਉਂ ਇਹ ਲੈਣ ਰਹਿਣੀ ਅਜੇ ਖਾਸ ਕਰੀ ਇਹ ਟੋਟਾ ਰਹਿਣਾ ਆ ਅਤੇ ਉਹ ਗੱਠੀ ਕਰੀ ਅਸਾਂ ਇੱਥੇ ਹੀ ਲਾਈ ਉੜੀ ਆ ਭੈਣਾਂ ਭਰਾ ਹੁਣ ਅੱਛੀ ਆ ਮਸ਼ੀਨ ਅਤੇ ਫਿਰ ਦੱਸ ਆਇਆ ਕਣਕ ਨਾਲੋ ਨਾਲ ਅਤੇ ਨਾਲ ਨਾਲ ਭੈਣਾਂ ਭਰਾ ਤੁਸੀਂ ਕੀ ਦੱਸਣੇ ਜਸ ਆਇਆ ਇਹ ਦੜੇ ਅਸਾਂ ਜ਼ਿੰਮੇਦਾਰਾ ਰੱਖਿਆ ਵਾ ਪੱਕਾ ਕੰਮ ਅਤੇ ਇਸ ਤੋਂ ਬਾਅਦ ਫਿਰ ਜਿਲ੍ਹਾ ਦੋ ਚਾਰ ਹਫ਼ਤਾ ਬਹੁਤ ਜ਼ਿਆਦਾ ਆਇਆ ਤਾਂ ਹਫ਼ਤਾ ਦਸ ਦੜੇ ਹੀ ਆਉਣਾ ਜ਼ਿੰਮੇਦਾਰਾ ਅਤੇ ਇਹ ਜਿਲ੍ਹਾ ਮੁਕਸੀ ਆ ਤਾਂ ਫਿਰ ਨੋਰਮਲ ਮਾਮਲਾ ਚੱਲੇ ਰਹੇ ਸਨ ਜੇ ਇਹ ਦੜੇ ਸਨ ਕੰਮੇ ਬੈਠੇ ਨਾ ਇੱਥੋਂ ਫਿਰਨੇ ਲਏ ਜਾਣਾ ਅਤੇ ਫਿਰ ਮਾਮਲਾ ਬੜੇ ਖਰਾਬ ਨੇ ਇਹ ਗੱਲ ਹੈ ਨਾ ਬਾ ਅਮੀ ਚਾਹ ਦੇ ਸੋਨਾ ਦੇਣੇ ਨਾ ਦੇ ਸੋਨਾ ਹੁਣ ਦੇ ਸੋਨਾ ਬਣਾ ਸੋਨਾ ਚਲੋ ਠੀਕ ਹੈ ਮੈਂ ਬਰੋ ਉਹਨਾਂ ਤਾਂ ਨਹੀਂ ਬਣਾ ਸੋਨਾ ਕੋਈ ਗੱਠੀ ਬਣਾਈ ਜਣਾ ਨਾ ਗੱਠੀ ਬਣਾਈ ਜਣਾ ਅਮੀ ਹੁਣ ਪਾਣੀ ਪੀ ਪੀ ਨਾ ਹਾਲਤ ਖਰਾਈ ਜੀ ਖਰਾਬ ਤੇ ਇਸ ਮਾਰੇ ਹੁਣ ਚਾਹ ਪੀਸਾਂ ਦੂਸਾਂ ਨੇ ਹੱਥਾਂ ਨਹੀਂ ਸਟਰੋਂਗ ਜੀਤਾ ਕੜਕ ਜੀ ਵਿੱਚ ਪੱਤੀ ਛੱਤੀ ਬਰਾ ਮਿੱਠਾ ਰੋਕ ਕੇ ਤਾਂ ਪੱਤੀ ਠੋਕ ਕੇ ਬਣਾਉਣੀ ਆ ਠੀਕ ਹੈ ਹੁਣ ਅੱਛੀ ਵੀ ਆ ਮਸ਼ੀਨ ਵੀ ਅੱਜ ਅਸਾਂ 10 ਮਿੰਟ ਰੈਸਟ ਕਰੀ ਜਣਾ ਜੋ ਮਸ਼ੀਨ ਸੀ ਅਸਾਂ ਕਿ ਫਿਰ ਇਹ ਵੀ ਚਾਹਣੀ ਪਈ ਸੀ ਉੱਧਰ ਵੀ ਕੋਈ ਚਾਰ ਗੱਡੇ ਰਹਿ ਗਏ ਉਹ ਵੀ ਚਾਹ ਸਾਂ ਤਾਂ ਨਾਲ ਰੱਖੀ ਤੇ ਗਾਣੇ ਜਾਸਾਂ ਦਾ ਕੰਮ ਮੁਕਾਣੇ ਜਾਸਾਂ ਪਰੋ ਮਸ਼ੀਨ ਵੀ ਆਈ ਹੈ ਅਤੇ ਨਾਲ ਤਰਪਾਲ ਵਗੈਰਾ ਰੱਖਣੇ ਵੀ ਆ ਦਾਣਿਆਂ ਵਾਸਤੇ ਅਤੇ ਮਾਮਲਾ ਸੈੱਟ ਹੋਈ ਆ ਪੈਣਾ ਤਾਂ ਪਰੋ ਨਹੀਂ ਤਾਂ ਕੀ ਕਹਿਣਾ ਮਸ਼ੀਨ ਵੀ ਆਏਗੀ ਪਹਿਲਾਂ ਅਗਲੀ ਗਾਈ ਰਿਹਾ ਅਤੇ ਜਿਹਨੂੰ ਇਸ ਨਾਲ ਨੰਬਰ ਸੀ ਪੈਣਾ ਪਰੋ ਇਹ ਹੱਥ ਲੈ ਵੈ ਪੁਰਨੀ ਹੈ ਤੱਕੀ ਕਿਉਂ ਇਸ ਨੇ ਹਾਲਤ ਮਾਮਲਾ ਗੜਬੜ ਹੈ ਅਤੇ ਆਈ ਗਈ ਹੈ ਮਸ਼ੀਨ ਵੀ ਇਹ ਗੀਆਂ 500 ਜਨਾਬ ਪੋਰ ਨੇੜਾ ਸੱਟਣੇ ਵਾਸਤੇ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਚੰਗਾ ਆ ਡਿਊਟੀ ਪਰ ਪੁੱਜੀ ਆਇਓ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ
ਤੁਸੀਂ ਉਸਤਾਦ ਜੀ ਡਿਪਟੀ ਇਹ ਹੋਏਗੀ ਤਾਂ ਸਾਡੀ ਹੋਏਗੀ ਆ ਇਹ ਵਾਲੀ ਡਿਪਟੀ ਠੀਕ ਹੈ ਕਿਹੜੇ ਜਗ੍ਹਾ ਦੇ ਹੋ ਮਨਸੇਰਾ ਫਿਰ ਠੀਕ ਹੈ ਹੋਰ ਜੀ ਜੀ ਮਸ਼ੀਨ ਪਹੁੰਚ ਗਈ ਪਹੁੰਚੀ ਆਈ ਮਾਸ਼ਾਅੱਲਾ ਜਣੇ ਮਨਸੇਰੇ ਲਿਆਈ ਗਏ ਤਾਂ ਮਸ਼ੀਨ ਵੀ ਨਾਲ ਚੰਗੀ ਹੈ ਬੜਾ ਅੱਛਾ ਰਿਜ਼ਲਟ ਹੈ ਅੱਛੇ ਦਾਣੇ ਸਾਫ਼ ਸੁਥਰੇ ਦੇਣੀ ਇਹ ਆ ਗੱਲ ਆ ਜਣੇ ਲੱਗਿਆ ਵੀ ਮੈਂ ਤੱਕੀ ਚੰਗੇ ਸਾਫ਼ ਦਾਣੇ ਨਾ ਨਾ ਠੀਕ ਹੈ ਇਨਸ਼ਾਅੱਲਾ ਬਸ ਸ਼ੁਰੂ ਕਰਨ ਵਾਲੇ ਆ ਨਾਲੋ ਮਸ਼ੀਨ ਵੀ ਲੱਗੀ ਗਈ ਤਾਂ ਉਹ ਚਾਰ ਗੱਡੀਆਂ ਹੋਰ ਹੈਗੀਆਂ ਅਤੇ ਉੱਧਰ ਵੀ ਥੋੜ੍ਹੀ ਜਿਹੀ ਆ ਉਹ ਵੀ ਰਹਿ ਗਈ ਆ ਅਮੀ ਕੁਦਾ ਜੁਲਿਓ ਚਾਹ ਬਣਾ ਦੋ ਹਾਲਾ ਇਹ ਗੱਡੀਆਂ ਕੌਣ ਚਾਹੀ ਮੈਂ ਚਾਹ ਤੂੰ ਤਾਂ ਬਸ ਹੈਗੀ ਸਾਣੀ ਹਾਲਾ ਅਮੀ ਸਾਂ ਚਾਹ ਬਣਾਓ ਆਰਾਮ ਸਕੂਨ ਨਾਲ ਅਤੇ ਮਸ਼ੀਨ ਵੀ ਲਏਗੀ ਆ ਅਸਾਂ ਇਹ ਢੋਣੇ ਆ ਅਤੇ ਫਿਰ ਮੁੜੀ ਚਾਹ ਪੀਣੇ ਆ ਭੈਣਾਂ ਤਪਰਾਓ ਲੱਗੀ ਵੀ ਆ ਮਸ਼ੀਨ ਵੀ ਅਤੇ ਕਹਾਣੀ ਪੀਆ ਨਾਲੋ ਨਾਲ ਕੀ ਸਕਦੇ ਹਾਂ ਮਾਮਲਾ ਗੜਬੜ ਵੀ ਆ ਬਾਦਸ਼ਾਹ ਨਵੇਂ ਚਾਹ ਤੁਵੇਂ ਭਾਈ ਹੋਰ ਲੱਗੇ ਆਵਾਹ ਨਾ ਰੁਖ ਇੱਧਰ ਅਤੇ ਧੂੜ ਇੱਧਰ ਫਿਰੀ ਦਰਸ਼ਨੀ ਵੀ ਇਨਸ਼ਾਅੱਲਾ ਭੈਣਾਂ ਭਰਾਵਾਂ ਖਾਣੇ ਨੇ ਬੜੀ ਧੂੜੀ ਦਰ ਹੈ ਭੈਣਾਂ ਭਰਾਓ ਵਾਹ ਨਾ ਰੁਖੀ ਦਰ ਹੈ ਤੇ ਸਾਰੀ ਧੂੜੀ ਦਰ ਗਾਣਿਆਂ ਬਾਣਿਆਂ ਲਿਆ ਬਰਸ਼ਨੀ ਵੀ ਹੈ ਇਹ ਤੱਕੀ ਕਣੋਂ ਲੱਗੀ ਮਸ਼ੀਨ ਵੀ ਨਾਲ ਤੇ ਨਾਲ ਹੀ ਧੂੜੀ ਦਰ ਰਸ਼ਨੀ ਹੈ ਥੱਕੀ ਆ ਰਹੀ ਅਤੇ ਪੁੱਛੀਆਂ ਘਰ ਮੈਂ ਥੱਕਣ ਅਮੀ ਕੀ ਆਖਿਆ ਤੀ ਅਮੀ ਸਿੰਦਿਆਂ ਘਰ ਚਾਹ ਬਣਾ ਸਾਂ ਅਤੇ ਅਮੀ ਬਣਾਉਣ ਲਈ ਪਏ ਚਾਹ ਅਮੀ ਤੁਸੀਂ ਕੀਤਾ ਖੁਸ਼ ਭੈਣਾਂ ਭਰਾਓ ਪਾਣੀ ਪੀ ਨਾ ਤਾਂ ਪੇਟਾਂ ਦੀ ਹਾਲਤ ਹੈਗੀ ਆ ਖਰਾਬ ਤਾਂ ਹੁਣ ਆਪਣੂੰ ਪੀਸਾਂਗੇ ਚਾਹ ਅਤੇ ਨਾਲ ਖੜਸਾਂ ਉੱਥੇ ਆਬਾ ਵੀ ਭਰਨੇ ਪਏ ਦਾਣੇ ਵਗੈਰਾ ਵੀ ਤਾਂ ਚਾਚਾ ਵੀ ਦੇ ਵੀ ਅਤੇ ਨਾਲ ਡਾਕਟਰ ਵਾਲੇ ਵੀ ਜਿਹੜੇ ਉਹਨਾਂ ਕੀ ਦੇਸਾਂਗੇ ਚਾਹ ਅੱਬਾ ਨੇ ਜਾਂ ਚਾਹ ਕਿੰਨੀਆਂ ਵੀ ਆਉਣੇ ਸਾਨੂੰ ਬਣਾਉਣੇ ਗਏ ਅਤੇ ਉਹਨੇ ਭੈਣ ਭਰਾਓ ਸਿੱਧਾ ਪੁੱਛੀਆਂ ਘਰ ਅਤੇ ਚਾਹ ਨਾਲ ਬੰਨੀ ਦੀ ਅਮੀ ਕੁਵਰ ਪੱਤੀ ਮਿੱਠਾ ਵੱਧ ਛੱਡਿਆ ਸਾਰਾ ਸੱਟੀ ਗਿਆ ਠੀਕ ਹੈ ਚਲੋ ਹੁਣ ਤੱਕ ਸਾਣਾ ਚੰਗੀ ਬਣੀ ਗਈ ਹੁਣ ਡੱਡੀ ਹਾਲਤ ਖਰਾਬ ਹੈ ਠੀਕ ਹੈ ਚਲੋ ਮੰਮੀ ਥੱਕੀ ਗਈ ਉੱਥੋਂ ਮੰਮੀ ਦਸਾਂ ਵੀ ਥੱਕੀ ਗਈ ਹਾਲਤ ਖਰਾਬ ਹੈਗੀ ਹੈ ਗਰਮੀ ਜ਼ਿਆਦਾ ਹੈਗੀ ਹੈ ਪੰਜ ਬੰਦੇ ਆ ਬਸ ਠੀਕ ਹੈ ਪੰਜ ਕੱਪ ਹੋ ਜਾਂਦਾ ਚਲੋ ਪੰਜ ਕੱਪ ਹੀ ਹੋਈ ਗਏ ਤਾਂ ਨਾਲ ਕੇਟਲੀ ਵੀ ਹੋਈ ਗਈ ਮੰਮੀ ਅੱਠੂ ਤੱਪੀ ਵੀ ਤੱਪੀ ਵੀ ਚਲੋ ਭਾਈ ਦਿਓ ਕੱਪ ਠੀਕ ਹੈ ਚਲੋ ਜੁਲਿਆ ਮਲਣ ਠੀਕ ਹੈ
ਇਹ ਵੀ ਦਿਓ ਤੇ ਜੁਲਿਆਂ ਮੈਂ ਹੁਣ ਸਿੱਧਾ ਨਾਲ ਉੱਥੇ ਜਾ ਥਾਂ ਆਪੂ ਪੀਸਾਂ ਤੇ ਨਾਲ ਉਹਨਾਂ ਕੀ ਦੇਸਾਂ ਦਾਣੇ ਛਾਣੇ 'ਚ ਜਾਂਦੇ ਅੰਦਰ ਰੱਖੀ ਉੜੇ ਫਾਈਨਲੀ ਤੇ ਅੱਜ ਜਿਹੜੀ ਬਕਾਇਆ ਰਹਿਣੀ ਉਹ ਚਲੋ ਕਰੀ ਗਏ ਸਾਂ ਤਾਂ ਅਬਦੁੱਲਾ ਸਾਹਿਬ ਮੁਕਾਈ ਉੜਿਆ ਨਾ ਅੱਜ ਤੱਕ ਹੀ ਨਾ ਠੀਕ ਕੀਤਾ ਨਾ ਬਾਰਿਸ਼ ਸੀ ਨਾ ਯਾਰ ਅਬਦੁੱਲਾ ਕਿਆ ਕਰਾਂ ਲੈ ਤਾਂ ਕਿਰਾਂ ਕੱਪੜੀਆਂ ਨਹੀਂ ਹਾਲਤ ਹੀ ਕੋਈ ਰਹੀ ਤੇ ਹੁਣ ਨਾ ਥਾਂ ਵੀ ਆ ਠੀਕ ਆ ਨਾ ਇਹ ਤਾਂ ਕਿਵੇਂ ਬਾਲਾਂ ਕੀ ਪਈ ਵੀ ਕਹਿ ਧੂੜ ਠੀਕ ਹੋ ਗਿਆ ਮਾਮਲਾ ਆ ਗਿਆ ਕਲੀਅਰ ਤੇ ਹੁਣ ਸ਼ਾਮ ਨਾ ਟਾਈਮ ਹੀ ਆ ਪੁਰਾਣਾ ਬਰਾਓ ਮਾੜੇ ਚੈਨਲ ਕੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਨਾਲ ਟੱਲੀ ਵੀ ਜ਼ਰੂਰ ਮਾਰਿਆ ਦੁਪਰਾਓ ਤੇ ਭੈਣ ਪਰੋ ਟਾਟ ਵਗੈਰਾ ਕਿਣੀਆਂ ਦੇ ਤਾਂ ਨਾਲ ਦਾਣੇ ਵੀ ਕਿਣੀਆਂ ਦੇ ਮਿਲਸਾਂ ਇੱਕ ਨਵੇਂ ਵਲੌਗ ਬਣਾਉਂਦਾ ਤਬ ਤੱਕ ਖੁਦਾ ਹਾਫਿਜ਼।